ਅੱਛਾ ਬੇਗਮ ਦੱਸੋ ਕਿੱਥੋਂ ਖਾਣੇ ਨਾਲ ਗੋਲ ਗੱਪੇ ਆ, ਪਿੱਛੇ ਇੰਨੀਆਂ ਦੁਕਾਨਾਂ ਛੱਡ ਦਿੱਤੀਆਂ ਨੇ ਤੁਸੀਂ ਖਾਣੇ ਨੇ ਮੈਂ ਆ ਗਿਆ ਵਿਲੇਜ ਅੱਛਾ ਇੱਥੇ ਦੀ ਗੱਲ ਕਰ ਰਹੇ ਹਾਂ 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 ਇੱਧਰ ਰੁਕੋ ਸਾਈਡ ਤੇ ਲਾਓ ਗੱਡੀ ਮੈਂ ਵੀ ਕਵਾਂ ਪਤਾ ਨਹੀਂ ਇੱਥੇ ਕਿਹੜੇ ਕਿਤਾਬੀ ਸਟੇਡੀਅਮ ਕੋਲ ਗੋਲ ਗੱਪੇ ਨੇ ਇੱਥੇ ਦੇ ਨਾਲ ਹੀ ਬੜੇ ਮਸ਼ਹੂਰ ਨੇ ਅੱਛਾ ਜੇਕਰ ਅੱਛੇ ਨਾਲ ਨਾ ਆਏ ਤਾਂ ਫੇਰ ਵੇਖਣਾ ਤੁਸੀਂ ਫੇਰ ਕੀ ਹੋਣਾ ਖਾ ਫੇਰ ਤੁਸੀਂ ਲੈਣੇ ਨੇ ਅੱਛੇ ਨਾ ਹੋਏ ਗੱਡੀ ਲਾਕ ਨਹੀਂ ਹੋਈ ਹਾਂ ਇੱਥੇ ਖਾਣੇ ਨੇ ਹਾਂਜੀ ਇੱਥੇ ਖਾਣੇ ਆਓ ਬੈਠੋ ਬਾਬੋ ਅਲੀ ਕੁਰਸੀ ਤੋੜਤੀ ਤੁਸੀਂ ਉਹ ਭਾਜੀ ਇਹ ਕੀ ਕਰ ਦਿੱਤਾ ਤੁਸੀਂ ਸਾਨੂੰ ਤੇ ਪੁੱਛਦੇ ਪਾਈ ਭੈਣ ਆਵਾਜ਼ ਮਾਰਦੇ ਸਾਹਮਣੇ ਤੇ ਮੈਂ ਟੇਬਲ ਸਾਫ ਕਰਨੇ ਆ ਭਾਈ ਆ ਵੇਖੋ ਤੇ ਸਹੀ ਧੋਵਾ ਕਿੱਡਾ ਟੋਇਆ ਪਾਤਾ ਉਹ ਭਾਈ ਕੀ ਵੇਖ ਤੇ ਸੀ ਜਾਨ ਕੱਢਤੀ ਫੜ ਗਈ ਯਾਰ ਇਹ ਬਾਜੀ ਹੁਣ ਇਹਦਾ ਮਰੂੰਡਾ ਖਾਣਾ ਮੈਂ ਇਹਦਾ ਕਰਨਾ ਗਲਤੀਆਂ ਨੇ ਪਰਦਾ ਪਾਉਣ ਆਈ ਹੈ ਗਲਤੀਆਂ ਨੇ ਪਰਦਾ ਚੁੱਕਣ ਆਈ ਹੈ ਭਾਜੀ ਕੀ ਹੋ ਗਿਆ ਪਲਾਸਟਿਕ ਦੀ ਕੁਰਸੀ ਟੁੱਟ ਗਈ ਤੇ ਫਿਰ ਟੁੱਟਣ ਵਾਲੀ ਸ਼ੈਬ ਹੈ ਉਹ ਭਾਈ ਕਿਸ ਕਿਸਮ ਦੀ ਬੈਗ ਬਾ ਬਈ ਕੁਰਸੀ ਦੀ ਬੈਗ ਉਡਾਤ ਕੇ ਤੁਸੀਂ ਤੁਹਾਨੂੰ ਦੱਸੋ ਤੁਸੀਂ ਕਿ ਇਹ ਵਾਲੀ ਕੁਰਸੀ ਇੱਕ ਉਹ ਵਾਲੀ ਕੁਰਸੀ ਅਸੀਂ ਕਿੰਨੇ ਤੇ ਬਹਿਣਾ ਵਾ ਜਨਾਬ ਤੁਸੀਂ ਸਾਨੂੰ ਹੁਕਮ ਕਰਦੇ ਤੁਹਾਨੂੰ ਵੇਖ ਕੇ ਤੁਹਾਡੇ ਮੁਤਾਬਕ ਕੁਰਸੀ ਲੈ ਕੇ ਆਉਂਦੇ ਅਸੀਂ ਹੈ ਆ ਵੇ ਕਿੱਡਾ ਗੇਟ ਲਾਉਣਾ ਹੁਣ ਇੱਥੇ ਅਸੀਂ ਪਿੱਛੇ ਕਿਹੜਾ ਗਰ ਕਰ ਦਿੱਤਾ ਫੜ ਕੇ ਇੱਕ ਮਿੰਟ ਭਾਈ ਹੁਣ ਇਹਦੇ ਤੇ ਬਹਿ ਕੇ ਇਹਦਾ ਨਾ ਚੱਪ ਕੱਢ ਦਵਾਂ ਇੱਕ ਮਿੰਟ ਠਹਿਰ ਜਾ ਅੱਛਾ ਕੀ ਹੋ ਗਿਆ ਲਓ ਜੀ ਭਾਈ ਜੀ ਬਾਬਾ ਹੁਣ ਇਹਦੇ ਤੇ ਇੱਥੇ ਬੈਠੋ ਤੁਸੀਂ ਇਹਦੇ ਕਿੱਥੇ ਬਹਿਣਾ ਮੈਨੂੰ ਦੱਸ ਇਹ ਹਵਾ ਹਰੀ ਕੁਰਸੀ ਆ ਜਨਾਬ ਭਾਈ ਉਹ ਯਾਰ ਮੈਂ ਕੋਈ ਬਿਮਾਰ ਮਰੀਜ਼ ਆ ਕਿ ਤੂੰ ਵਾਸ਼ਰੂਮ 'ਚ ਰੱਖਣ ਲਈ ਕੁਰਸੀ ਮੈਨੂੰ ਦੇ ਦਿੱਤੀ ਹੈ ਭਾਜੀ ਉਹ ਯਾਰ ਕੁਰਸੀ ਦੇ ਵਿੱਚੋਂ ਤੁਸੀਂ ਨਜ਼ਰ ਆਉਂਦੇ ਉਹ ਮਾਫੀ ਚਾਹੁੰਦਾ ਉਹ ਯਾਰ ਸਹੀ ਵਾਲੀ ਕੁਰਸੀ ਦੇ ਜੇ ਦੇਣੀ ਤੇ ਇਹ ਵੀ ਤੂੰ ਇਹ ਮੇਰੇ ਤੇ ਪਾਦਰੀ ਸੀ ਨਹੀਂ ਹੁਣੇ ਹਾਂ ਭਾਈ ਸੀਟ ਤੇ ਲਿਆ ਕੇ ਦੇ ਹੈਲੋ ਜੀ ਭਾਈ ਹਾਂ ਅੱਛਾ ਬੈਠੋ ਵਾਲੀ ਸਾਰਾ ਮੂਡ ਖਰਾਬ ਹੋ ਗਿਆ ਤੁਸੀਂ ਕਹਿ ਰਹੇ ਹੋ ਉੱਥੇ ਜਾ ਕੇ ਗੋਲਗੱਪੇ ਖਾਣੇ ਨੇ ਉੱਥੇ ਜਾ ਕੇ ਗੋਲਗੱਪੇ ਖਾਣੇ ਪਿੱਛੇ 20 ਦੁਕਾਨਾਂ ਲੰਘ ਗਈਆਂ ਭਾਜੀ ਉਹ ਕਾਹਦੀਆਂ ਦੁਕਾਨਾਂ ਜਿਹੜੀਆਂ ਰੋਡ ਦੇ ਉੱਤੇ ਆ ਉਹ ਸਾਰਾ ਘਟਾ ਉਹ ਗੋਲਗੱਪਿਆਂ ਤੇ ਪੈਂਦਾ ਸਾਡੇ ਪੈਕਿੰਗ ਹੋਈ ਵੇਖੋ ਇਸੇ ਗੱਲੋਂ ਤੇ ਇੱਥੇ ਆਏ ਆ ਮਿਹਰਬਾਨੀ ਜੀ ਕਿਤੋਂ ਘੱਟੋ ਘੱਟ ਕੋਈ ਚੀਜ਼ ਸਾਫ਼ ਹੈ ਨਾ ਮਿਹਰਬਾਨੀ ਸਰ ਕੀ ਹੈ ਮੈਨਿਊ ਲੈ ਕੇ ਆਓ ਮੈਂ ਨਹੀਂ ਹਾਂ ਹਾਂ ਮੈਨਿਊ ਉਹ ਮੈਂ ਨਹੀਂ ਹਾਂ ਭਾਈ ਮੈਂ ਨਹੀਂ ਹਾਂ ਖਾਣਾ ਕੀ ਤੁਸੀਂ ਉਹ ਦੱਸੋ ਉਹ ਯਾਰ ਮੈਂ ਨਹੀਂ ਹਾਂ ਕੀ ਆ ਤੈਨੂੰ ਕੀ ਕੋਈ ਤੰਗ ਹੈ ਤੂੰ ਅੰਦਰੋਂ ਨਹੀਂ ਭਾਈ ਨੇ ਤੇ ਫੇਰ ਕੀ ਮੈਂ ਨਹੀਂ ਤੰਗ ਕੀ ਭਾਈ ਨੇ ਪਹਿਲੀ ਕੁਰਸੀ ਦਾ ਪਟਾਕਾ ਪਾਤਾ ਉਹਨੇ ਅਸੀਂ ਵਟਨੇ ਨਹੀਂ ਜਿੰਨੇ ਉੱਤੇ ਲਵਾਤੇ ਫਰਨੀਚਰ ਦੇ ਤੁਸੀਂ ਭਾਈ ਜੇ ਕਸਟਮਰ ਆ ਗਏ ਜੇ ਟੁੱਟ ਗਈ ਤੇ ਫੇਰ ਕਿਹੜੀ ਵੱਡੀ ਗੱਲ ਹੈ ਭਾਈ ਨੇ ਹਜੇ ਵੱਡੀ ਗੱਲ ਆ ਥੋੜੀ ਜੀ ਹੋਰ ਤੋੜ ਦਵੋ ਵੱਡੀ ਗੱਲ ਕਰ ਲਓ ਤੁਸੀਂ ਭਾਜੀ ਇਹ ਤਾਂ ਪੈਸੇ ਲੱਗਦੇ ਆ ਇਹ ਪੂਰਾ ਸੈੱਟ ਖਰਾਬ ਹੋ ਗਿਆ ਕਾਰਡ ਲੈ ਕੇ ਆ ਕਾਰਡ ਜਿੱਦੋਂ ਤੁਹਾਡੀ ਸ਼ਾਦੀ ਉਹ ਸ਼ਾਦੀ ਕਾਰਡ ਜੋ ਸਾਡੇ ਮਾਲਕਾਂ ਦਾ ਵਿਆਹ ਹੋਇਆ ਸੀ ਨਾ ਉਹਨਾਂ ਨੇ ਕਿੰਨੇ ਹੀ ਛਪਾਏ ਉਹਨਾਂ ਨੇ 2 ਦਿੱਤੇ ਮੈਨੂੰ ਮੈਂ ਵੀ ਗਿਆ ਮੇਰਾ ਭਰਾ ਨਹੀਂ ਸੀ ਆਇਆ ਜੀ ਮੈਂ ਗਿਆ ਸੀ ਉਹ ਕਾਰਡ ਤੇ ਜੀ ਓਏ ਉਹ ਵਾਲਾ ਕਾਰਡ ਨਹੀਂ ਓਏ ਹਾਂਜੀ ਮੈਨਿਊ ਕਾਰਡ ਜਿੰਦੇ ਤੇ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਮੁਖਤਲਿਫ ਜਗ੍ਹਾ ਹਾਂ ਛਪਾਏ ਛਪਾਏ ਅਸੀਂ ਜੀ ਢੇਰ ਲੱਗੇ ਪਏ ਅੰਦਰ ਕਿੰਨੇ ਹੀ ਪਏ ਜੀ ਛਪਾਏ ਅਸੀਂ ਉਹ ਕੀ ਮਤਲਬ ਕਿ ਮਰਗ ਤੇ ਤੂੰ ਵੰਡਨੇ ਨੇ ਹੈ ਲੈ ਗਿਆ ਇੱਕ ਲੈ ਗਿਆ ਤੇ ਪੜਾ ਕੀ ਹੈਗਾ ਕੀ ਲੈ ਗਿਆ ਮੈਂ ਆਰਡਰ ਨਹੀਂ ਲੈਣਾ ਹਾਂਜੀ ਹਾਂਜੀ ਆਰਡਰ ਲੈਣਾ ਜੀ ਤੇ ਫਿਰ ਜਾਓ ਮੈਨਿਊ ਕਾਰਡ ਦਿਓ ਉਹ ਅਸਲ ਦੇ ਵਿੱਚ ਨਾ ਮੈਂ ਭਾਜੀ ਪੜਿਆ ਥੋੜਾ ਵਾ ਤੇ ਇਸ ਕਰਕੇ ਮੈਨੂੰ ਪਤਾ ਨਹੀਂ ਸੀ ਲੱਗਣ ਦਿਆ ਜੀ ਹਾਏ ਹਾਏ ਯਾਰ ਤੂੰ ਪੜਿਆ ਲਿਖਿਆ ਨਹੀਂ ਨਾ ਹੈਗਾ ਮੈਂ ਤੇ ਪੜਿਆ ਲਿਖਿਆ ਵਾਲਾ ਤੂੰ ਲੈ ਗਿਆ ਨਹੀਂ ਨਹੀਂ ਸਾਡਾ ਜਿਹੜੇ ਗੋਲਗੱਪੇ ਉਹ ਅਨਪੜ ਬੰਦਾ ਵੀ ਖਾ ਲੈਂਦਾ ਜੀ ਉਹ ਚ ਜ਼ਰੂਰੀ ਨਹੀਂ ਪੜਨਾ
ਭਾਈ ਕਾਤੋਂ ਸਿਰ ਖਾਈ ਜਾਏ ਨਾ, ਜਾਂ ਲਿਸਟ ਲੈ ਕੇ ਆ। ਓਏ ਆਪ ਜਾ ਕੇ ਲਿਸਟ ਲੈ ਗਿਆ, ਤੇਰੀ ਮਿਹਰਬਾਨੀ। ਲਿਸਟ ਬਣੀ ਨਹੀਂ, ਕੁਝ ਖਾਓਗੇ ਉਹਦੀ ਲਿਸਟ ਬਣਾਵਾਂਗੇ ਜੀ, ਅਸੀਂ ਪਹਿਲੋ ਲਿਸਟ ਕਿਦਾਂ ਦੇ ਦਈਏ। ਇਹ ਸਿਰ ਖਾਏਗਾ ਸਾਡਾ। ਚਲੀਏ ਇੱਥੋਂ, ਇਹਨੇ ਨਹੀਂ ਗੱਲ ਮੰਨੀ। ਭਾਈ ਨਹੀਂ, ਇੱਕ ਮਿੰਟ ਇਦਾਂ ਤੁਸੀਂ ਕਿਦਾਂ ਜਾ ਸਕਦੇ? ਤੁਸੀਂ ਯਾਰ ਉਹ ਜਿਹਦੇ ਆਈਟਮਾਂ ਲਿਖੀਆਂ ਹੁੰਦੀਆਂ ਨਾ, ਹਾਂਜੀ ਉਹ ਆਈਟਮਾਂ ਲਿਆ ਕੇ ਦੇਖ। ਨਹੀਂ ਨਹੀਂ, ਆਈਟਮ ਅਸੀਂ ਕਿਸੇ ਨਾਲ ਕਰੀ ਦੀ, ਤੁਸੀਂ ਸਾਡੇ ਗਾਹਕ ਆ ਜੀ, ਤੁਸੀਂ ਆਏ, ਰੋਜ਼ੀ ਆਈ ਸਾਡੀ ਜੀ, ਅਸੀਂ ਤੁਹਾਡੇ ਨਾਲ ਆਈਟਮ ਕਰ ਸਕਦੇ ਹਾਂ। ਅਸੀਂ ਵਿਲੇਜ ਵੈਲੀ ਗੋਲ ਗੱਪਿਆਂ ਦੇ ਆਏ ਆ ਇੱਥੇ, ਸਾਨੂੰ ਪ੍ਰੋਟੋਕੋਲ ਮਿਲੇਗਾ ਤੇ ਅਨਪੜ ਜਾਹਲ ਬੰਦਾ ਕਿ ਪ੍ਰੋਟੋਕੋਲ ਕਿਉਂ ਤੈਨੂੰ ਮਿਲਣਾ? ਤੇਰੇ ਸੋਹਰਿਆਂ ਦੀ ਦੁਕਾਨ, ਸੋਹਰਿਆਂ ਦੀ ਦੁਕਾਨ ਹੈ, ਪ੍ਰੋਟੋਕੋਲ ਮਿਲਣਾ ਵਾ, ਅਨਪੜ ਵਾਲੀ ਪੈਸੇ ਦੇਣੇ ਨੇ, ਚੀਜ਼ ਖਾਣੀ ਹੈ, ਪ੍ਰੋਟੋਕੋਲ ਤੈਨੂੰ ਕਾਹਤੋਂ ਚਾਹੀਦਾ ਇੱਥੇ? ਹਾਏ ਹਾਏ, ਪ੍ਰੋਟੋਕੋਲ ਕੁਰਸੀ ਨਹੀਂ ਲਿਆ ਕੇ ਦਿੱਤੀ ਉਹਨੇ ਡਿੱਬੇ ਪ੍ਰੋਟੋਕੋਲ ਤੇ ਬਾਕੀ ਕਿਹੜਾ ਭੁਜੇ ਬੈ ਖਵਾਉਂਦੇ ਨੇ? ਨਹੀਂ ਭਾਜੀ, ਜਿਹੜੀ ਕੁਰਸੀ ਦਾ ਸਾਡੀ ਦਾ ਯੱਬ ਕੱਢਿਆ ਫਰਨੀਚਰ ਤੇ ਕਾਣਾ ਜਾਂ ਕਰਤਾ ਨਾ ਯਾਰ, ਮੈਂ ਤੇਰਾ ਨਾਲ ਯੱਬ ਕੱਢਦੇ, ਮੈਨੂੰ ਲਿਆ ਕੇ ਦੇਣੇ ਮੈਨੂੰ ਕੱਢ ਕੇ ਨਹੀਂ ਭਾਜੀ, ਲਿਆ ਕੇ ਦਿੰਦੇ ਤੁਹਾਨੂੰ, ਲਿਆ ਕੇ ਤੁਹਾਡੇ ਵਾਸਤੇ ਚਪਾਇਓ, ਸਾਡੇ ਮਾਲਕਾਂ ਨੇ ਕਿਹਾ ਜਦੋਂ ਕੋਈ ਕਸਟਮਰ ਆਵੇ ਉਹਨੂੰ ਪਹਿਲਾਂ ਮੈਨੂ ਕਾਰਡ ਦੇਣਾ ਜੀ। ਨਹੀਂ ਤੇਰੇ ਮਾਲਕਾਂ ਨੇ ਇਹ ਵੀ ਆਖਿਆ ਕਿ ਕਸਟਮਰ ਆਵੇ ਤੈਨੂੰ ਵਕਤਾ ਪਾਣਾ? ਨਹੀਂ ਨਹੀਂ ਜਬ ਤੇ ਤੁਸੀਂ ਸਾਡੇ ਫਰਨੀਚਰ ਨੂੰ ਮਾਰਤਾ ਜੀ, ਵੇਖੋ ਤੇ ਸਹੀ ਕਿੱਡੀ ਵੱਡੀ ਦੰਦੀ। ਫਰਨੀਚਰ ਬੜਾ ਤੇਰਾ ਚੰਨਿਊਟੀ ਫਰਨੀਚਰ ਆਇਆ ਤੇ ਬਹਾਦਰ ਮੈਨੂੰ। ਹਾਂਜੀ ਭਾਈ, ਇਹ ਕੀ ਹੈ ਤੇਰਾ ਫਰਨੀਚਰ? ਆ ਫਰਨੀਚਰ ਉਹ ਅਸੀਂ ਥੱਲੇ ਸੁੱਟੀ ਤੇ ਟੁੱਟ ਗਈ। ਉਹ ਭਾਜੀ ਟੁੱਟਣੀ ਆ, ਹੁਣ ਤੁਸੀਂ ਕੁਰਸੀ ਇੰਜ ਕਰਦੀ ਆ, ਜਿਹੜਾ ਬਹੂਗਾ ਉਹ ਇੰਜ ਹੋਏਗਾ ਭਾਜੀ। ਇਹ ਕੀ ਕਰ ਦਿੱਤਾ ਜੀ ਫੜ? ਇਹ ਤਾਂ ਕੈਦੋ ਦੀ ਚਾਲ ਚੱਲੀ ਜਾਂਦਾ। ਉਹ ਯਾਰ ਜਾ ਉੱਥੋਂ ਲੈ ਕੇ ਆ ਮੈਨਿਊ ਕਾਰਡ। ਉਹ ਭਾਈ ਜਿੰਦੇ ਤੇ ਲਿਖਿਆ ਨਹੀਂ ਹੁੰਦਾ ਕਿ ਆਹ ਚੀਜ਼ ਇੰਨੇ ਦੀ, ਆਹ ਚੀਜ਼ ਇੰਨੇ ਦੀ, ਆਹ ਚੀਜ਼ ਇੰਨੇ ਦੀ, ਉਹ ਲੈ ਕੇ ਆ। ਉਹ ਤੇ ਸਾਹਮਣੇ ਲਈ ਕੰਨ ਤੇ ਵੀ ਲਿਖਿਆ, ਆਜੋ ਤੁਹਾਨੂੰ ਉੱਥੋਂ ਪੜਾ ਦੇਣਾ ਜੀ। ਉਹ ਯਾਰ ਜਾ ਕੇ ਕਾਰਡ ਲੈ ਕੇ ਆ। ਅਸੀਂ ਰਾਸ਼ਨ ਕਾਰਡ ਅਸੀਂ ਨਹੀਂ ਵੰਡਦੇ, ਸਾਡੇ ਕੋਲ ਨਾ ਜਿਹੜਾ ਸਿਸਟਮ ਹੋਰ ਆ ਭਾਜੀ, ਸਭ ਕੋ ਨਗਦੀ ਕੰਮ ਹੁੰਦਾ ਜੀ। ਭਾਈ ਕੀ ਹੋ ਗਿਆ ਯਾਰ? ਜਿੰਦੇ ਤੇ ਰੇਟ ਲਿਸਟ ਲਿਖੀ ਹੁੰਦੀ ਆ ਕਿ ਗੋਲ ਗੱਪੇ ਇੰਨੇ ਦੇ, ਦਹੀਂ ਭੱਲੇ ਇੰਨੇ ਦੇ, ਫਲਾਂ ਚੀਜ਼ ਇੰਨੇ ਦੀ, ਹਾਂਜੀ ਹਾਂਜੀ, ਉਹ ਵਾਲਾ ਕਾਰਡ ਲੈ ਕੇ ਆ। ਲਓ ਤੇ ਸਿੱਧਾ ਕਹੋ ਨਾ ਮੈਨਿਊ ਲੈ ਕੇ ਆਓ ਬਈ, ਹਾਂ ਇਦਾਂ ਕਹੋ ਨਾ ਲੈ ਕੇ ਆਓ। ਹਾਂਜੀ ਹਾਂਜੀ, ਮੈਂ ਫਸਤੋ ਜੋ ਗਿਆ ਸੀ ਹੁਣੇ ਆਇਆ ਜੀ। ਕਿਆ ਫਜ਼ੂਲ ਬੰਦਾ ਹੈ। ਤੁਸੀਂ ਵੀ ਆਂਦਿਆਂ ਨੁਕਸਾਨ ਕਰ ਦਿੱਤਾ ਉਹਨਾਂ ਦਾ। ਮੈਨੂੰ ਕੀ ਪਤਾ ਸੀ ਏਡੀਆਂ ਹਲਕੀਆਂ ਕੁਰਸੀਆਂ ਪਈਆਂ, ਤੁਸੀਂ ਤੇ ਘਰ ਦੀਆਂ ਨਹੀਂ ਛੱਡੀਆਂ ਕੁਰਸੀਆਂ। ਆ ਗਿਆ, ਇਹ ਗੱਲਾਂ ਬਾਹਰ ਨਹੀਂ ਕਰੀਦੀਆਂ ਹੁੰਦੀਆਂ। ਆ ਗਿਆ। ਹੈਲੋ ਜੀ ਭਾਈ। ਲਓ ਜੀ ਮੈਡਮ। ਉਹ ਯਾਰ ਇਹ ਤੂੰ ਕਿਸੇ ਸੁਸਾਇਟੀ ਦਾ ਨਕਸ਼ਾ ਚੁੱਕੀ ਫਿਰਨਾ, ਨੀਲਾ ਪੀਲਾ ਲਾਲ ਜਿਹਾ। ਇਹ ਭਾਜੀ ਪਲਾਟ ਨਹੀਂ, ਆਈਸਕ੍ਰੀਮ ਦੇ ਕੱਪ ਬਣੇ, ਕੀ ਹੋਇਆ ਇਹਦਾ? ਨੇੜੇ ਹੋ ਗਏ ਵੇਖੋ। ਓ ਹਾਂਜੀ, ਆਈਸਕ੍ਰੀਮ। ਹਾਂਜੀ, ਤੇ ਉਹ ਕੋਈ ਨਹੀਂ ਤੇ ਲਿਖਿਆ ਨਹੀਂ ਹੈਗਾ ਕਿ ਖੱਡਾ ਕਿੱਧਰ ਪੈਣਾ ਤੇ। ਭਾਜੀ ਉਹ ਖੱਟੇ ਵਾਲੀ ਉਹ ਆ। ਅੱਛਾ ਆ ਵਾ ਜੀ ਭਾਜੀ, ਇਹ ਮੋਰੀ 'ਚ ਵੇਖਣ ਦਾ ਕਿਤੇ ਭਾਈ ਸਾਹਮਣੇ ਤੇ ਲਿਖਿਆ ਯਾਰ, ਪੜ੍ਹ ਲੈਂਦੇ ਹਾਂ ਤੈਨੂੰ ਕੀ ਆ। ਹਾਂਜੀ ਪੜ੍ਹ ਲਓ ਭਾਜੀ। ਇੰਨੀ ਜੀ ਗੱਲ ਸੀ? ਅੱਛਾ ਆਵੇ ਕੀ ਲਿਖਿਆ? ਹਾਏ ਹਾਏ, ਜਿਹੜਾ ਗੋਲ ਗੱਪਾ ਜ਼ਿਆਦਾ ਪਾ ਜਾਂਦਾ ਨਾ, ਸੇਵੀ ਸੂਈ ਚ ਪਾ ਕੇ ਅਸੀਂ ਗੋਲ ਗੱਪੇ ਸੀਤੇ ਆ ਜੀ। ਇਹ ਤੇ ਗੋਲ ਗੱਪਾ ਡਾਕਟਰ ਨਿਕਲਿਆ ਬਈ। ਕੈਸਾ ਬੰਦਾ ਹੈ? ਉੱਥੇ ਨੂੰ ਕਿੰਨੀ ਦੇਰ ਹੋ ਗਈ ਕੰਮ ਕਰਦੇ? ਬਈ ਬੜੀ ਦੇਰ ਹੋ ਗਈ ਭਾਈ ਜੀ। ਅੱਛਾ ਹਾਂਜੀ, ਮੈਨੂੰ ਤੇ ਹਰ ਕਸਟਮਰ ਜਾਣਦਾ। ਅੱਛਾ ਅਲੀ, ਫਰੂਟੀ ਕ੍ਰੀਮੀ ਗੋਲ ਗੱਪੇ? ਯਾਰ ਫਰੂਟੀ ਕ੍ਰੀਮੀ ਗੋਲ ਗੱਪੇ ਕਿਹੜੇ ਹੁੰਦੇ ਨੇ ਭਾਈ? ਹਾਂਜੀ, ਫਰੂਟੀ ਕ੍ਰੀਮੀ ਗੋਲ ਗੱਪੇ ਜ਼ਿੰਦਗੀ ਦੀ ਪਹਿਲੀ ਵਾਰੀ ਸੁਣਿਆ ਮੈਂ। ਤੁਸੀਂ ਤਾਂ ਮੈਂ ਹੀ ਪਹਿਲੀ ਵਾਰੀ ਸੁਣਨੇ ਆ ਜੀ, ਮੈਂ ਵੀ ਲਿਖੇ ਹੀ ਵੇਖੇ ਆ ਜੀ। ਅਸਲ ਦੇ ਵਿੱਚ ਇਹ ਮਾਲਕਾਂ ਨੇ ਕੋਈ ਨਵੀਂ ਆਈਟਮ ਕੱਢੀ ਹੈ ਭਾਈ। ਖੱਟਾ ਹਲੇ ਪੀਤਾ ਨੇ ਤੇ ਮੈਨੂੰ ਖਾਂਸੀ ਹੋਣ ਲੱਗੀ ਹੈ ਭਾਜੀ। ਇਸ ਖੱਟੇ ਨਾਲ ਹੜੀ ਹੋਰ ਕਿਹੜਾ ਹੈਗਾ ਵਾ? ਆ ਹੋਰ ਆ ਗਿਆ ਸਾਡੇ ਕੋਲ ਰੈਡੀ ਟੂ ਈਟ ਗੋਲ ਗੱਪੇ। ਰੈਡੀ ਟੂ ਈਟ ਗੋਲ ਗੱਪੇ? ਹਾਂਜੀ ਹਾਂਜੀ।
ਇਹ ਕੀ ਹੈ? ਇਹ ਮੇਰਾ ਤਜਰਬਾ ਕਹਿੰਦਾ, ਮਾਲਕਾਂ ਨੂੰ ਹੀ ਪਤਾ ਹੋਣਾ ਇਹ ਵੀ। ਬੜੀ ਦੇਰ ਹੋ ਗਈ ਜੀ। ਬੜੀ ਦੇਰ ਹੋ ਗਈ, ਫੇਰ ਵੀ ਤੈਨੂੰ ਚੀਜ਼ਾਂ ਦਾ ਨੀ ਪਤਾ ਹੈਗਾ ਯਾਰ। ਇਹ ਮਾਲਕਾਂ ਨੂੰ ਪਤਾ, ਉਹ ਬਣਾਉਂਦੇ ਜੀ। ਇਹ ਮਾਲਕਾਂ ਨੂੰ ਪਤਾ, ਫਿਰ ਮਾਲਕਾਂ ਨੂੰ ਭੇਜ ਯਾਰ। ਉਹ ਭਾਜੀ ਮੈਂ ਕਾਹਦੀ ਤਨਖਾਹ ਲੈਣਾ, ਮਾਲਕ ਨੂੰ ਜੱਫੀ ਪਾਉਣੀ ਤੁਸੀਂ ਯਾਰ? ਸਾਨੂੰ ਖਿਜਾਉਣ ਜੱਫੀ ਪਾਉਣੀ, ਮੇਰਾ ਕਿਹੜਾ। ਦੱਸੋ ਇਹ ਦੇਖੋ ਜ਼ਰਾ ਹੁਣ। ਲੋ ਇਹ ਕੀ ਹੈ ਬਈ? ਮੈਨੂੰ ਤੇ ਦੁਕਾਨ ਮੁੱਕਦੀ ਨਜ਼ਰ ਆਉਂਦਾ ਹੀ ਹਜੇ, ਤੁਸੀਂ ਕਿਹਾ ਵੀ ਕੁਛ ਨੀ, ਮੈਨੂੰ ਭਾਂਡੇ ਵਿਹਲੇ ਨਜ਼ਰ ਆਉਂਦਾ ਆ। ਤੇ ਆ ਕੀ ਹੈ? ਲੁੱਡੀ ਪੇਟੀਆਂ ਵਾਲੇ, ਇਹ ਲੁੱਡੀਆਂ ਪਾਉਂਦੇ? ਨਹੀਂ ਨਹੀਂ ਜੀ, ਇਹ ਦਿਲਦਾਰ ਪੇਟੀਆਂ ਵਾਲਾ, ਇਹਨਾਂ ਦਾ ਛੋਟਾ ਭਰਾ ਮਲਟੀਪਲ ਤੇ ਪੇਟੀਆਂ ਬਣਾਉਂਦਾ ਜੀ। ਕਿੱਥੇ ਲਿਖਿਆ? ਕਿੱਥੇ ਲਿਖਿਆ? ਆ ਕੀ ਲਿਖਿਆ? ਲੰਬਾ ਲੋ ਤੇ ਕੀ ਬਣੀ? ਆ ਲੱਡੂ ਪੇਟੀਆਂ ਵਾਲੇ ਜੀ। ਓ ਜੀ ਕੀ ਹੋ ਗਿਆ ਲਈ ਤੁਹਾਨੂੰ ਵੀ? ਐਣਕ ਲਾਈ ਫਿਰ ਵੀ ਨਜ਼ਰ ਨਹੀਂ ਆ ਰਿਹਾ। ਐ ਹੁਣ ਚਿਕਨ ਬਰਿਆਨੀ ਤੁਹਾਡੀ ਫੇਵਰਟ। ਓਏ ਤੁਹਾਡੇ ਕੋਲ ਰਸ਼ਨ ਵੀ ਹੈ ਵੇ? ਹਾਂਜੀ ਭਾਜੀ, ਹਾਂਜੀ ਲਿਖਿਆ ਉੱਤੇ ਸਾਲਣ ਰਸ਼ਨ। ਫਿਰ ਹੁਣਾ ਜੀ, ਸਾਲਣ ਮੈਨੂੰ ਬਹੁਤ ਪਸੰਦ ਆ। ਸਾਲਣ? ਸਾਲਣ ਨਹੀਂ ਬਣਾਈਦਾ ਜੀ, ਇਹ ਸੈਲਡ ਹੁੰਦਾ ਜੀ। ਰਸ਼ੀਅਨ ਸੈਲਡ ਜੀ? ਯਾਰ ਮੈਂ ਦੱਸ ਵੀ ਸੀ ਤੂੰ ਨਾਲੇ ਨਹੀਂ ਆਈ, ਬੜੀ ਨਹੀਂ ਜੋ ਰਸ਼ੀਅਨ ਸੈਲਡ ਭਾਜੀ। ਸਾਰੀਆਂ ਗਰਮੀਆਂ ਲੰਘ ਗਈਆਂ, ਇੱਕ ਵਾਰੀ ਟਿੰਡ ਕਰਾ ਲੈਂਦੇ ਤੇ ਇੰਨੇ ਮਜ਼ੇ ਆਉਣੇ ਸੀ ਤੁਹਾਨੂੰ ਸਾਰੀਆਂ ਗਰਮੀਆਂ। ਓ ਯਾਰ ਤੇਰੀ ਮਿਹਰਬਾਨੀ ਹੈ, ਜਾ ਜ਼ਰਾ ਸਾਨੂੰ ਜਾ ਕੇ ਨਾ ਟੇਸਟ ਕਰਾ। ਪਹਿਲੇ ਕ੍ਰੀਮੀ ਗੋਲ ਗੱਪੇ ਨਹੀਂ ਜਿਹੜੇ? ਜੀ ਜੀ। ਆ ਦੋ ਐ ਲੈ ਗਿਆ, ਪਹਿਲੇ ਅਸੀਂ ਟੇਸਟ ਕਰਾਂਗੇ। ਦੋ ਤੇ ਪਤਾ ਹੀ ਨਹੀਂ ਲੱਗਣਾ ਭਾਜੀ, ਤੁਸੀਂ ਪਹਿਲਾਂ ਸੁੱਟਣਾ ਵਾ, ਜਿੰਨਾ ਜਿਹਾ ਦੂਜਾ ਸੁੱਟਣਾ ਪਹਿਲਾਂ ਰਾਹ ਲੱਭਣ ਦੇ ਆਉਣਾ ਹੈ ਤੇ ਜਾਣੇ ਤੁਹਾਡੇ ਨੇ। ਹਾਂ ਮੈਨੂੰ ਕੀ, ਤੁਸੀਂ ਮੈਨੂੰ ਇੱਥੇ ਲੈ ਕੇ ਆਇਓ, ਮੈਨੂੰ ਦੱਸੋ। ਅੱਛਾ ਭਾਈ ਮੇਰੀ ਗੱਲ ਸੁਣੋ ਨਾ, ਪਹਿਲੇ ਚੈੱਕ ਕਰਵਾਓ ਜ਼ਰਾ ਟੇਸਟ ਲਿਆ ਕੇ ਸਾਨੂੰ। ਤੁਸੀਂ ਐਂ ਕਰੋ ਭਾਜੀ, ਹਾਂਜੀ, ਕਿ ਦੋ ਐਵਲ ਲੈ ਆਓ, ਦੋ ਐਵਲ ਲੈ ਆਓ, ਦੋ ਐਵਲ ਲੈ ਆਓ, ਦੋ ਐਵਲ ਲੈ ਆਓ। ਹਾਂ ਅੱਛਾ ਜੀ, ਜੋੜਾ ਜੋੜੇ, ਜੋੜੇ ਜੋੜੇ ਦੀ ਗੇਮ ਹੈ ਜੀ। ਜੋੜੇ ਜੋੜੇ ਦੀ ਗੇਮ ਹੈ, ਪਹਿਲੇ ਖਾ ਕੇ ਟੈਸਟ ਕਰਕੇ ਵੇਖਾਂਗੇ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ। ਹਾਂਜੀ ਬਾਜੀ, ਤੁਸੀਂ ਕੀ ਖਾਣਾ ਇਹਨਾਂ ਦੇ ਤਮਾਮ ਲੱਗ ਲਈ ਲੈਣਾ ਜ਼ਰਾ ਜ਼ਿਆਦਾ ਬਾਜੀ, ਤੇਰਾ ਇਤੋਂ ਦਿਲ ਖੱਟਾ ਨਹੀਂ ਹੋਇਆ ਕਿੱਡੀ ਦੂਰ ਲੈ ਆਈ? ਕੀ ਬਕਵਾਸ ਓਏ। ਓ ਭਾਜੀ ਮੈਂ ਹੁਣੇ ਗਿਆ ਜੀ। ਏ ਜੀ ਓਕੇ ਭਾਜੀ। ਓ ਯਾਰ ਇਹ ਜੀ ਜਿਹਾ ਮੈਨੂ ਹੈਗਾ ਵਾ ਇਹਨਾਂ ਦਾ ਭਾਈ ਜੀ। ਓਏ ਸਾਨੂੰ ਤੇ ਲੱਗਦਾ ਸਾਡਾ ਹੋਟਲ ਕਰੇਨ ਚੱਕਣ ਆਈ ਆ ਯਾਰ। ਆ ਕਿਹੜਾ ਹੋਏਗਾ ਵਾ ਭਾਈ? ਇਹ ਚਿਕਨ ਸ਼ੋਰਮੇ ਵਾਲਾ ਕਿਹੜਾ ਵਾ? ਸ਼ਵਾਰਮਾ ਹੁੰਦਾ ਭਾਜੀ, ਸ਼ਵਾਰਮਾ ਹੁੰਦਾ ਭਾਜੀ। ਇਹ ਇੰਜ ਕਰਕੇ ਜਿੱਦਾਂ ਸਾਡੀਆਂ ਮਾਵਾਂ ਨਹੀਂ ਸੀ ਬਚਪਨ ਚ ਸਾਨੂੰ ਘੁੱਗੂ ਜਿਹਾ ਬਣਾ ਕੇ ਦਿੰਦੀਆਂ ਭਾਈ। ਆ ਲੈ ਆ ਸ਼ਾਮੀ ਬਰਗਰ, ਨਾ ਮੈਂ ਬਚਪਨ ਦਾ ਬੜਾ ਸ਼ੌਕੀਨ ਹਾਂ। ਅੱਛਾ ਜੀ, ਬਚਪਨ ਦਾ? ਉਮਰ ਲੱਗਦੀ ਤੇ ਨਹੀਂ ਬਚਪਨ ਦਾ। ਓਏ ਬਚਪਨ ਦਾ ਓਏ, ਕਾਕਾ ਹੁੰਦਾ ਤਾਂ ਜੋ ਛੋਟਾ ਜਿਹਾ ਹੁੰਦਾ ਇਦਾਂ ਸ਼ਬਰਾਤਾ ਦੇ ਉੱਤੇ ਆਹ ਲਾ ਬਰਗਰ ਮੈਂ ਲੈ ਕੇ ਖਾਣਾ ਹੁੰਦਾ ਸਾ। ਤੂੰ ਤੇ ਜਦੋਂ ਕਾਕਾ ਉਦੋਂ ਵੀ ਤੂੰ ਵੱਖੀ ਚਾੜ ਦਿੰਦਾ ਹੋਣਾ ਜਿਹੜਾ ਤੈਨੂੰ ਚੁੱਕਦਾ ਹੋਣਾ। ਲੈ ਗਿਆ ਜਾ ਜਾ, ਨਾਲੇ ਮੇਰੇ ਮੇਰੀ ਬੇਗਮ ਸੇ ਖੱਟਾ ਲੈ ਗਿਆ ਫਟਾਫਟ ਜਾ। ਅੱਛਾ ਜੀ, ਖੱਟਾ ਜ਼ਰਾ ਚੈੱਕ ਕਰਵਾ ਦਈਏ। ਖੱਟਾ ਜੀ ਉਹ ਮਤਲਬ ਬਹੁਤਾ ਠੰਡਾ ਲਿਆਣਾ ਕਿ ਘੱਟ? ਜ਼ਿਆਦਾ ਠੰਡਾ ਨਾ ਹੋਵੇ, ਮੇਰੇ ਨਾਲ ਗਲੇ ਦਾ ਮਸਲਾ ਹੈ। ਓਏ ਮਸਲਾ ਤੇ ਸਭ ਤੋਂ ਵੱਡਾ ਨਾਲ ਚੱਕੀ ਫਿਰਦੀ ਬੀਬੀ ਤੂੰ। ਹਾਏ ਹਾਏ, ਇਹ ਸਾਡੇ ਘਰ ਦਾ ਮਸਲਾ ਹੈ। ਅੱਛਾ ਅੱਛਾ ਜੀ, ਭਾਈ ਤੁਸੀਂ ਕੰਮ ਕੀ ਕਰਦੇ ਜੇ? ਕਾਰੋਬਾਰ ਹੈ ਆਪਣਾ।
ਜਾਦੂ ਕਰਕੇ ਕਿਦਾਂ ਬੈਠੇ ਜੀ ਨਿੱਕੀ ਜੀ ਗੱਡੀ, ਤੁਸੀਂ ਕਿਦਾਂ ਪੂਰੇ ਆ ਗਏ ਜੀ? ਮੈਂ ਤੁਹਾਨੂੰ ਦੱਸਾਂ ਕਿਵੇਂ ਪਾਇਆ? ਸੋਰੀ ਭਾਜੀ, ਮੈਂ ਹੁਣੇ ਲੈ ਗਿਆ। ਅਜੀਬ ਇਨਸਾਨ ਹੈ ਬਾਈ, ਇਹਨੇ ਤੇ ਖਪਾ ਦਿੱਤਾ ਸਾਨੂੰ ਅੱਜ। ਬਾਈ ਮੈਨੂੰ ਇਹ ਦੱਸ ਕੇ ਜੀਵੋ ਗਰੀਬ ਜਿਹਾ ਮੈਨਿਊ ਆ, ਮੈਂ ਤੇ ਪਹਿਲੀ ਵਾਰੀ ਸੁਣਿਆ ਸਾਰਾ। ਅਲੀ ਮੈਂ ਕਿੰਨੀ ਦਫਾ ਆ ਚੁੱਕੀ ਆ ਭੈਣਾਂ ਦੇ ਨਾਲ, ਉਹਨਾਂ ਦੇ ਬੱਚੇ ਬੜੇ ਸ਼ਕੀਨ ਨੇ। ਉਹ ਜਿਹੜੇ ਮੇਰੇ ਇੱਥੇ ਨੁਕਸਾਨ ਹੁੰਦਾ ਹਜ਼ਾਰਾਂ ਰੁਪਏ ਦਾ, ਉਹ ਇੱਥੇ ਕਰਦੀ ਰਹੀ। ਹਾਏ ਅੱਲਾ, ਕਾਹਦਾ ਨੁਕਸਾਨ? ਇਹ ਦੇਖੋ, ਚੈੱਕ ਕਰ। ਇਹ ਭਾਜੀ ਅਸੀਂ ਆਪ ਬਣਾਉਣਾ ਵਾ? ਨਹੀਂ ਨਹੀਂ ਭਾਜੀ, ਮੈਂ ਲੈ ਕੇ ਆਉਣਾ, ਮੈਂ ਤੁਹਾਨੂੰ ਦੱਸਾਂਗਾ। ਆ ਦੋ ਦੋ ਸਲਾਈਆਂ ਤੁਸੀਂ ਅੱਖਾਂ 'ਚ ਪਾਉਣੀਆਂ ਵਾ, ਉਹ ਪਰਲੀ ਜਿਹੜੀ ਚਟਨੀ ਉਹਦੇ ਨਾਲ ਗੋਲ ਗੱਪੇ ਦੀਆਂ ਪਿੰਨੀਆਂ ਮਲਣੀਆਂ, ਤੇ ਇਹਦਾ ਸੋਹਣਾ ਦੌੜਦਾ ਹੀ ਜਾਣਾ ਤੁਹਾਡੇ ਢਿੱਡ 'ਚ ਹੀ। ਹੁਣੀ ਲੈ ਗਿਆ ਜੀ ਤੇ ਗੋਲ ਗੱਪੇ। ਉਹ ਨਹੀਂ, ਮੈਨੂੰ ਇਹ ਦੱਸ ਬੇਗਮ, ਅਸੀਂ ਕੋਈ ਹਾਂਡੀ ਪਕਾਉਣ ਲੱਗਿਆ, ਕੱਲਾ ਕੱਲਾ ਮਸਾਲਾ ਵੱਖਰਾ ਫੜਾ ਗਿਆ। ਇਹ ਕੀ ਕਰ ਰਹੇ ਹੋ? ਗੋਲ ਗੱਪੇ ਉਤੋਂ ਖਾ ਲਓਗੇ ਫਿਰ? ਹੈਂ ਹੈ ਗੁਣੀ? ਹਾਂ ਅੱਛਾ, ਚੈੱਕ ਕਰ ਰਹੇ ਹੋ? ਮਜ਼ਾ ਆ ਰਿਹਾ? ਟੇਸਟ ਹੈ ਨਾ? ਇਹ ਵੀ ਚੈੱਕ ਕਰੋ, ਇਹ ਤੁਹਾਡੇ ਮੂੰਹ ਤੇ ਨਾ ਛਿੜਕਦਾ ਚਾਟ ਮਸਾਲਾ। ਤੈਨੂੰ ਹਯਾ ਹੈ ਕਿ ਨਹੀਂ ਹੈ? ਅੱਛਾ ਮੈਂ ਕਿਹਾ ਫਿਰ ਮਿਕਸ ਹੋ। ਲਓ ਜੀ ਭਾਈ ਜੀ, ਉਹ ਭਾਜੀ ਉਹ ਐਟਮਾਂ ਇਹਨਾਂ ਦੇ ਨਾਲ ਲਾ ਕੇ ਖਾਣੀਆਂ ਸੀ, ਉਹ ਵੇਲਣਾ ਲੱਗਾ ਅੰਦਰ, ਕਿੱਧਰ ਲਈ ਜਾਂਦਾ ਸਾਰਾ ਕੁਛ। ਚੈੱਕ ਕਰੋ, ਚੈੱਕ ਕਰੋ, ਇਸ ਤਰ੍ਹਾਂ ਹੀ ਚੈੱਕ ਕਰਦੇ ਨੇ ਚੀਜ਼। ਹਾਂਜੀ ਇਹ ਜੀ ਗੋਲ ਗੱਪੇ ਆ ਐਟਮਾਂ ਜੀ ਸਾਡੀ ਇੱਥੇ ਜੀ। ਇਹ ਪਾਣੀ ਮਿੱਟੀ ਨਾਲ ਭਰਵਾ ਖਾਣੇ, ਨਾ ਕੋਈ ਖੱਟਾ ਪਾਣੀ ਮਿੱਠਾ ਪਾਣੀ, ਕਿਤੇ ਨਾ ਸਾਰਾ ਉਹ ਸਾਰਾ ਕੁਛ ਲੈ ਕੇ ਆਵਾਂਗੇ। ਪਹਿਲਾਂ ਆਹ ਹਲਕਾ ਹਲਕਾ ਇਹਨਾਂ ਨੂੰ ਪੋਚਾ ਲਾਵੋ, ਤੇ ਮੈਂ ਖੱਟਾ ਹੁਣੀ ਲੈ ਕੇ ਆਇਆ ਜੀ। ਹਾਂ ਅਲੀ ਇਹ ਉੱਤੇ ਚਟਨੀ ਪਾ ਦਿਓ, ਚੈੱਕ ਕਰ ਲਓ, ਪਾ ਕੇ ਦਿਓ। ਹਾਂ ਸਾਰੇ ਹੀ ਨਾ ਖਾ ਜਾਣਾ, ਹੁਣ ਮੈਂ ਵੀ ਚੈੱਕ ਕਰਨਾ ਹੈ। ਪਤਾ ਨੀ ਬੰਬ ਬਣੇ ਆ ਢਿੱਡ ਦੇ ਨਾਲ। ਇਹ ਕੈਚਪ ਕੌਣ ਪਾਉਂਦਾ? ਇੱਕ ਦਿਨ ਨਾ ਫਟਣ ਦੀ ਆਵਾਜ਼ ਆਣੀ ਏ। ਕੀ ਚੀਜ਼? ਇਹ ਤੁਹਾਡਾ ਡਰਮ। ਚਲੋ ਚੈੱਕ ਕਰੋ ਹੁਣ। ਭਾਈ ਜੀ ਮੈਂ ਕਿਹਾ ਗਾਹਕ ਜੀ ਵਧੀਆ ਜੱਗ ਜਿਹੜਾ ਆਸੇ ਪਾਸੇ ਤਰੌਂਕਣਾ ਖੱਟੇ ਦਾ, ਉਹ ਤੁਸੀਂ ਸੁੱਕੇ ਸੁੱਕੇ ਹੀ ਖਾਈ ਜਾਂਦੇ ਜੇ ਭਾਜੀ। ਚੈੱਕ ਕਰ ਰਿਹਾ, ਚੈੱਕ ਕਰ ਰਿਹਾ। ਅੱਛਾ ਜੀ ਇਹ ਮੈਂ ਹੋਰ ਇੱਕ ਆਈਟਮ ਲੈ ਗਿਆ ਆਪਣਾ ਜੀ। ਜਾਨੂੰ ਮਜ਼ਾ ਆ ਰਿਹਾ ਹੈ? ਮੈਂ ਇੱਕੋ ਹੀ ਖਾਧਾ ਹੈ। ਜੱਗ ਨੂੰ ਹੀ ਮੂੰਹ ਲਾਓਗੇ ਤੁਸੀਂ ਮੇਰੇ ਖਾਣਾ ਕੋਲੀ 'ਚ ਤੇ ਪੀ ਨਹੀਂ ਹੋਣਾ ਤੁਹਾਡੇ। ਫੜ ਇਹ ਨਾ ਕਹੀ ਮੀਆਂ ਨੇ ਬਾਹਰ ਜਾ ਕੇ ਮੌਜ ਨਹੀਂ ਕਰਾਈ। ਹਾਂ ਮੌਜ ਮੀਆਂ ਆਪ ਕਰ ਗਿਆ ਹੈ। ਬਾਈ ਫਿਰ ਕਹਿ ਰਿਹਾ ਕਿ ਮੀਆਂ ਨੇ ਕੋਈ ਖਵਾਇਆ ਪਿਆ ਹੀ ਕੁਛ ਨਹੀਂ। ਮੂੰਹ ਲਾ, ਟੱਪ ਮਗਾਵਾਂ? ਈਜ਼ੀ ਹੋ ਖੱਟਾ ਤੇ ਭਾਈ ਬਹੁਤ ਹਾਸਮਦਾਰ। ਹਾਂ ਲਿਆਓ 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 ਲਿਓ। ਲਓ ਜੀ ਭਾਜੀ ਇਹ ਹੈਗੀ ਆਈਟਮ ਸਾਡੀ ਸੇਵੀਆਂ ਵਾਲੀ ਗੋਲ ਗੱਪੇ, ਤੇ ਇਹ ਹੈਗੀ ਆ ਫਰੂਟੀ। ਓਏ ਆ ਸੇਵੀਆਂ ਨੇ, ਸੇਵੀਆਂ ਨੇ, ਇਹ ਸੇਵੀਆਂ ਹੋਰ ਪੱਪੂ ਛੱਡੇ ਗੋਲ ਗੱਪਿਆਂ ਤੇ ਜੀ, ਇਹ ਸੇਵੀਆਂ ਜੀ। ਓਏ ਆ ਤਾਂ ਨਿਮਕੋ ਜੀ ਦੀ ਹੁੰਦੀ, ਇਹਨੂੰ ਸੇਵੀਆਂ ਕਹਿੰਦੇ ਆ? ਅਸੀਂ ਸੇਵੀਆਂ ਕਹਿੰਦੇ ਭਾਜੀ, ਅੰਦਰ ਜਾ ਕੇ ਨਿਮਕੋ ਬਣ ਜਾਣੀ ਆ। ਟੇਸਟ ਹੈ, ਟੇਸਟ ਹੈ ਵਾਲੀ, ਟੇਸਟ ਤੇ ਹੈ ਵਾ,
ਬਾਈ ਬਹੁਤ ਅੱਛਾ ਬਾਈ, ਲੇਕਿਨ ਗੱਲ ਹੈ ਕਿ ਨਵੀਂ ਆਈਟਮ ਹੈ। ਹਾਂਜੀ ਨਵੀਂ ਚੀਜ਼ ਆ। ਸ਼ੁਕਰੀਆ ਭਾਜੀ, ਬੜੀ ਦੂਰੋਂ ਦੂਰੋਂ ਲੋਕ ਆਉਂਦੇ ਜੀ ਇੱਥੇ ਖਾਣ ਤੱਕ। ਅੱਛਾ ਜੀ। ਹਾਂਜੀ ਯਾ ਮੇਰੇ ਆ ਮਾਲਕਾ ਹਲੋ ਜੀ। ਵਾਹ 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 ਵਾਹ, ਇਸ ਤਰ੍ਹਾਂ ਹੀ ਕਰਦਾ ਹੀ ਮੇਰਾ ਬੰਦਾ। ਮੈਂ ਕਹਿਣਾ ਸਾਜ ਮਿਹਰਬਾਨੀ ਜੀ, ਸੁਭਾਨ ਅੱਲਾ। ਆਹਾ ਕੀ ਬਾਤ ਹੈ, ਇਹ ਹੋ ਨਹੀਂ ਸਕਦਾ ਕਿ ਜਿੰਨੇ ਬਣਾਏ ਹੋਣ ਉਹ ਖਾਵੇ ਨਾ, ਉਹ ਖਾਵੇ ਨਾ। ਹੈ ਕਿ ਨਹੀਂ? ਮੈਂ ਕਹਿੰਦਾ ਜੀ ਹਾਂਜੀ ਭਾਈ, ਅੰਦਰ ਕੋਈ ਤੈਅ ਖਾਣਾ? ਹਾਂਜੀ ਤੈਅ ਖਾਣਾ। ਅੰਦਰ ਕੋਈ ਬੰਦਾ ਬੈਠਾ ਹਰ ਸ਼ਾਇਦ ਖਿੱਚੀ ਆਉਂਦਾ। ਗੱਲਾਂ ਦੀਆਂ ਗੱਲਾਂ। ਹਾਂਜੀ ਹਾਂਜੀ। ਡਬਲ ਰੋਟੀ ਸੁਣੀ ਤੂੰ? ਹਾਂਜੀ ਹਾਂਜੀ। ਡਬਲ ਗੋਲ ਗੱਪਾ ਨਹੀਂ ਸੁਣਿਆ? ਇਹ ਕਰਨ ਲੱਗੇ ਭਾਜੀ, ਇਹ ਟੱਪਣ ਲੱਗੇ ਨੇ। ਆ ਲੈ ਯਾ ਮੇਰੇ ਆ ਮਾਲਕਾ, ਉਹ ਕਿਹੜੇ ਜੰਗਲਾਂ ਦੀ ਭੁੱਖ ਆ ਤੇਰੇ ਚ ਭਾਈ। ਹੈ ਉਹ ਬੀਵੀ ਤੇਰੇ ਨਾਲ ਆਈ ਆ ਭਾਈ, ਹੈ ਓਏ ਉਹਨੂੰ ਵੀ ਪੁੱਛ ਲਾ ਉਹ ਕੈਸੀ ਗਰਾਰੀ ਚੱਲਦੀ ਤੇਰੇ ਚਬਾੜੇ ਦੀ। ਆ ਵੇਖ ਤੇ ਸਹੀ ਮਾਰਨਾ ਡਬਲ ਗੋਲ ਗੱਪੇ। ਮੇਰਾ ਕੋਈ ਖਿਆਲ ਹੀ ਨਹੀਂ। ਕਿਉਂ ਨਹੀਂ ਖਿਆਲ ਹੈਗਾ? ਇਹ ਮੈਂ ਖਾਵਾਂਗਾ ਨਹੀਂ ਤੇ ਵੱਡਾ ਕਿਵੇਂ ਹੋਵਾਂਗਾ? ਵੱਡਾ ਬਲਾ ਬਣ ਗਿਆ ਤੇ ਹਲੇ ਵੀ ਕਹਿੰਦਾ ਵੱਡਾ ਕਿਵੇਂ ਹੋਵਾਂਗਾ? ਉਹ ਕਿੰਨਾ ਵੱਡਾ, ਤੂੰ ਖੁਰੇ 'ਚ ਬੈਠਾ ਹੋਵੇਂ ਇੰਨਾ ਇੰਨਾ ਬਾਹਰ ਆਉਂਦਿਆਂ ਹੁਣ ਉਹ ਕਿੰਨਾ ਕੁ ਵੱਡਾ ਹੋਣਾ ਹੀ ਭਾਈ। ਉਹ ਤੇ ਪਾਸਾ ਲਵੇਂ ਨਿਆਣੇ ਥੱਲੇ ਲੈ ਲੈ ਨਾ, ਕਿੰਨਾ ਕੁ ਵੱਡਾ ਹੋਣਾ ਤੂੰ। ਅਵੇ ਕਿੱਦਾਂ ਲਵੇੜ ਲਿਆ ਆਪਣੇ ਆਪ ਨੂੰ। ਹਾਏ ਤੁਹਾਡੀ ਬੀਬ ਘਰ ਰਹਿ ਗਈ ਏ। ਬੇਬ ਮੈਂ ਕਾਕਾ ਵਾਂ ਤੇਰਾ, ਬੇਬ ਘਰ ਰਹਿ ਗਈ ਆ। ਓਏ ਆ ਬੇਦੀ ਕਿੱਦਾਂ ਲਵੇੜ ਲਿਆ ਤੂੰ ਆਪਣੇ ਆਪ ਨੂੰ? ਹੈ ਟਿਸ਼ੂ ਲੈ ਕੇ ਆ ਯਾਰ। ਭਾਜੀ ਟਿਸ਼ੂ ਬਾਜੀ ਨੂੰ ਲਿਆ ਕੇ ਦੇਣੇ, ਤੈਨੂੰ ਤੇ ਬੋਰੀ ਲਿਆ ਕੇ ਦੇਣੀ ਆਟੇ ਵਾਲੀ, ਉਹਦੇ ਨਾਲ ਮੂੰਹ ਸਾਫ਼ ਹੋਣਾ। ਟਿਸ਼ੂ ਦਾ ਕੀ ਕੰਮ ਆ ਇੱਥੇ ਭਾਜੀ? ਇੱਕ ਮਿੰਟ ਖਲੋਵੋ ਭਾਈ, ਕਿੱਥੇ ਇਸ ਤਰ੍ਹਾਂ ਖਾਈ ਦੇ ਨੇ ਗੋਲ ਗੱਪੇ? ਪਤਾ ਨਹੀਂ ਕਦੋਂ ਖਾਈ ਦੇ ਨੇ। ਚੱਪੜ ਚੱਪੜ ਹਰ ਚੀਜ਼ ਖਾ ਕੇ ਬਹਿ ਗਏ। ਟਿਸ਼ੂ ਦੇ ਆ ਦੇ ਬਈ। ਹਲੋ ਜੀ। ਓਏ ਇੱਕ ਅੱਧਾ ਲੈ ਉਹ ਸਾਰਾ ਬਿਸਤਰ। ਯਾ ਮੇਰਿਆ ਮਾਲਕਾ ਤੋਬਾ। ਬਿਸਤਰ ਬਾਈ ਤੇਰੀ ਦਾਦੀ ਸੌਂਦੀ ਹੈ ਤੇ ਬਿਸਤਰ ਆ ਬਈ? ਉਹ ਭਾਈ ਇੱਕ ਇੱਕ ਯੂਜ਼ ਕਰੀਦਾ ਤੇ ਪੂਰੀ ਖੁਰਲੀ ਜੀ ਸਾਫ਼ ਕਰ ਲਈ। ਬਿਸਤਰ ਆ ਬਿਸਤਰ ਆ, ਇਹ ਤੇਰੀ ਕੀ ਫੁੱਫੀ ਦੀਆਂ ਤਲਾਈਆਂ ਨੇ? ਮਾਫੀ ਚਾਹੁੰਦੇ ਭਾਈ ਭਾਜੀ, ਤੁਹਾਡੇ ਤੋਂ ਬਾਅਦ ਦੇਖਦਾ ਹੀ ਕੁਛ ਨੀ ਜੀ। ਇਹ ਕਰਨ ਲੱਗੇ ਜੀ ਪੀ ਜਾਣਗੇ ਯਾਰ? ਆਹ ਵਾਲਾ ਕੰਮ ਮੈਨੂੰ ਲੈ, ਇੱਦਾਂ ਦੇ ਗਾਹਕ ਆਉਣ ਨਾ ਅਸੀਂ ਭਾਂਡੇ ਧੋਣ ਵਾਲੇ ਦੀ ਛੁੱਟੀ ਕਰਾ ਦੇਣੀ, ਕਿਉਂ ਇਹਨਾਂ ਚੱਟ ਕੇ ਸਾਫ਼ ਕਰ ਦੇਣੀਆਂ ਪਲੇਟਾਂ। ਹਾਂਜੀ। ਉਹ ਯਾ ਮੇਰਿਆ ਮਾਲਕਾ, ਇਹ ਵੀ ਜਾਨੂ ਬੱਚਿਆ ਵੀ ਖਾ ਲਓ। ਓਏ ਇਹਨੂੰ ਜੇਲੋਂ ਛੜਾ ਕੇ ਲਿਆਉਂਦਾ ਤੂੰ ਬੀਬੀ, ਇੰਨਾ ਖਾਂਦਾ ਤੂੰ ਜੇਲੋਂ ਹੀ ਆਇਆ ਭਾਜੀ। ਇਹ ਭਾਜੀ ਪਲੇਟ ਧਿਆਨ ਨਾ, ਇਹ ਮੈਦੇ ਚੋਂ ਲੱਭਣੀ ਨਹੀਂ ਬਾਅਦ ਚ। ਇਹ ਵੇਖ ਲੈ ਇਹ ਕਿਹੋ ਜਿਹੀਆਂ ਗੱਲਾਂ ਕਰਨ ਡਿਆ ਵਾ। ਫਜ਼ੂਲ ਗੱਲਾਂ ਕਰ ਰਿਹਾ, ਫਜ਼ੂਲ ਗੱਲਾਂ ਕਰ ਰਿਹਾ। ਓਏ ਤੂੰ ਖਾਦਾ ਨਾ? ਨਹੀਂ ਭਾਜੀ, ਤੁਹਾਡੇ ਡਰ ਨਾਲ ਗਾਇਬ ਹੋ ਗਿਆ। ਗਾਇਬ ਹੋ ਗਿਆ ਇਹ ਤਾਂ ਮੈਂ ਨਹੀਂ ਬੋਲਦਾ। ਤੂੰ ਗਾਇਬ ਹੋ ਗਿਆ? ਤੂੰ ਨਾ ਹੀ ਬੋਲ, ਤੂੰ ਜਦੋਂ ਬੋਲਦਾ ਕੋਈ ਨਾ ਕੋਈ ਜਿਹਾ ਖਾਨਾ ਮੇਰੇ ਕੋਲ। ਅੱਛਾ ਹਾਲੀ ਕੀ ਹੋ ਰਿਹਾ ਕਿ ਬਰਬਰ ਲੈ ਗਿਆ? ਓ ਰੋਈਨਾ ਭਾਈ ਰੋਈਨਾ, ਇੱਥੇ ਤੋਂ ਛੱਪੜ ਲਾ ਦੇਣਾ ਜਿੱਡਾ ਕੱਦਾ ਤੇਰਾ। ਰੋਈਨਾ ਤੇਰੀ ਮਿਹਰਬਾਨੀ, ਛੱਪੜ ਲਾ ਦੇਣਾ ਵਾ। ਅੱਛਾ ਅਲੀ ਪਸੰਦ ਆਇਆ ਟੇਸਟ ਇਹਨਾਂ ਦਾ? ਅੱਛਾ ਮਜ਼ਾ ਮੇਰੀ ਗੱਲ ਸੁਣ। ਹਾਂ ਉਹ ਨਾ ਭੈ ਬਾਬਾ ਮਜ਼ੇਦਾਰ ਨੇ, ਬਹੁਤ ਮਜ਼ੇਦਾਰ ਨੇ। ਹੁਣ ਬਰਗਰ ਵੀ ਚੈੱਕ ਕਰਨਾ ਤੁਸੀਂ। ਇਹ ਹੁਣ ਦੋ ਦੋ ਦਰਜਨ ਮੰਗਾ ਲਈਏ? ਹਾਂ ਦੋ ਦੋ ਦਰਜਨ। ਹਾਂ ਦੋ ਦੋ ਹਜ਼ਾਰ ਨਾਲ ਨਹੀਂ ਤੁਹਾਡਾ ਕੁਝ ਬਣਨਾ। ਲੈ ਬਈ ਗੱਲਾਂ ਤੇ ਗੱਲਾਂ, ਤੂੰ ਲੈ ਕੇ ਚੰਗੀ ਜਗ੍ਹਾ ਤੇ ਜਾਂਦੀ ਹਮੇਸ਼ਾ। ਓਏ ਏਡਾ ਨੇੜੇ ਨਾ ਆ ਕੇ ਤੂੰ, ਦੂਰੋਂ ਹੋ ਕੇ ਤਾਂ ਕੋਈ ਗੱਲ ਨਹੀਂ ਹੁੰਦੀ।
ਮੈਂ ਤੁਹਾਡੇ ਕੰਨ 'ਚ ਦੱਸਣ ਲੱਗਾ ਸੀ, ਬਰਗਰ ਨੂੰ ਪਤਾ ਨਾ ਲੱਗੇ, ਨਹੀਂ ਤਾਂ ਇਹ ਵੀ ਗਾਇਬ ਹੋ ਜਾਣਾ, ਇਹਨੂੰ ਤੁਸੀਂ ਖਾਣਾ। ਵਾਹ 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 ਵਾਹ, ਆਹ ਸ਼ਾਮੀ ਬਰਗਰ ਮੇਰੇ ਬਚਪਨ ਦੀ ਯਾਦ ਹੈ ਕਿ ਨਹੀਂ? ਆ ਬਚਪਨ 'ਚ ਅਸੀਂ ਖਾਣੇ ਭਾਜੀ। ਹਾਂਜੀ ਭਾਜੀ, ਇੰਜ ਕਰਕੇ। ਹਾਂਜੀ ਯਾਰ, ਮੇਰੇ ਆ ਮਾਲਕਾ, ਇਹਦੇ ਅੰਦਰ ਕਬਾੜੀਆ ਬੈਠਾ, ਹਰ ਸ਼ਹਿ ਖਿੱਚੀ ਜਾਂਦਾ। ਉਹ ਭਾਈ ਹੌਲੀ ਹੌਲੀ, ਉਹ ਤੇਰੀ ਮਿਹਰਬਾਨੀ ਭਾਈ, ਹੌਲੀ ਹੌਲੀ। ਇਹ ਨਾ ਹੋਵੇ ਅੱਗੋਂ ਵੈਪਰ ਲਾ ਕੇ ਉਹ ਡੰਡਾ ਜਾ ਫੇਰ ਨਾ ਪਵੇ ਮੈਨੂੰ। ਹੌਲੀ ਭਾਈ ਹੌਲੀ, ਕਿਤੇ ਮੈਨੂੰ ਜਵਾਬ ਨਾ ਦਵਾ ਦੀ ਤੇ। ਪੈਸੇ ਤੂੰ ਦੇਣੇ? ਹਾਂਜੀ ਤੂੰ ਦੇਣੇ ਇਹਦੇ ਪੈਸੇ? ਨਹੀਂ ਭਾਜੀ। ਤੇ ਫੇਰ ਤੈਨੂੰ ਕੀ ਤਕਲੀਫ ਆ? ਮੈਂ ਮੁਲਾਜ਼ਮ ਆਦਮੀ ਜੀ, ਮੈਂ ਇਹਨੂੰ ਤਨਖਾਹ। ਮੁਲਾਜ਼ਮ ਆਦਮੀ ਆ ਤੂੰ? ਖਾਓ ਚੈੱਕ ਕਰੋ, ਹੋਰ ਵੀ ਮੰਗਵਾਉਣਾ ਹਾਲੇ। ਕੋਈ ਬੰਦਾ ਕਮੇਟੀ ਵਾਲਿਆਂ ਦਾ ਤੇ ਨਹੀਂ ਹੁੰਦਾ, ਹਰ ਸ਼ਹਿਰ ਸਾਫ ਕਰੀ ਜਾਂਦਾ। ਯਾ ਮੇਰੇ ਆ ਮਾਲਕਾ, ਛੋਟੀ ਬੁਰਕੀ ਦਾ ਸਵਾਦ ਹੀ ਕੋਈ ਨਹੀਂ। ਨਹੀਂ ਛੋਟੀ ਬੁਰਕੀ ਦਾ ਕਿਤੋਂ, ਛੋਟੀ ਬੁਰਕੀ ਤੁਹਾਡੀ ਇੱਕ ਦਾੜ ਥੱਲੇ। ਉਹ ਤੇਰਾ ਭਲਾ ਹੋ ਜਾਵੇ, ਉਹ ਤੇਰਾ। ਉਹ ਤੇ ਮੈਂ, ਉਹ ਬੀਬੀ ਇਹ ਕੀ ਲਈ ਫਿਰਦੀ, ਇਹਨੂੰ ਪੈਪ ਲਵਾ ਦਾ, ਐਡੀ ਸੋਹਣੀ ਤੋਪ ਬਣਨੀ ਇਹਦੀ। ਉਹ ਵੇਖ ਤੇ ਦੇ ਕੀ, ਮੈਂ ਕਿਹਾ ਬਾਜੀ ਘੱਟ ਤੇ ਤੂੰ ਵੀ ਨਹੀਂ, ਇਹਦੀਆਂ ਦੋ ਬੁਰਕੀਆਂ ਹੋਣੀਆਂ ਜਿਹਦੀ ਤੂੰ ਇੱਕੋ ਹੀ ਕੀਤੀ ਆ। ਟਿਸ਼ੂ ਲੈ ਕੇ ਆ ਯਾਰ, ਇੱਕ ਮਿੰਟ ਖਲੋ ਪਾਈ ਕਿਤੇ। ਮਜ਼ਾ ਆ ਗਿਆ ਬਈ, ਮਜ਼ਾ ਆ ਗਿਆ। ਮੈਨੂੰ ਥੋੜਾ ਜਿਹਾ ਬਰਗਰ ਦਿੱਤਾ ਤੁਸੀਂ ਯਾਰ, ਹੋਰ ਲਵਾ ਲਾ, ਮੈਂ ਮਨਾ ਕੀਤਾ ਵਾ। ਆ ਟਿਸ਼ੂ ਆ ਗਿਆ, ਟਿਸ਼ੂ ਆ ਗਿਆ। ਮੈਂ ਕਿਹਾ ਭਾਈ ਬਿਸਤਰਾ ਸਾਹਿਬ, ਹੈਲੋ ਬਿਸਤਰਾ ਸਾਹਿਬ, ਓਏ ਉਹਨਾਂ ਨੂੰ ਵੀ ਕੁਛ ਦੇ ਦੇ। ਉਹ ਦੁਪੱਟੇ ਨਾਲ ਪੂੰਝ ਲੈਗੀ, ਦੁਪੱਟੇ ਨਾਲ ਪੂੰਝ ਲਾਂਗੀ ਮੈਂ। ਭਾਜੀ ਤੁਸੀਂ ਇਹ ਦੱਸੋ, ਇਹ ਸਾਡੀਆਂ ਸਾਰੀਆਂ ਆਈਟਮਾਂ ਤੁਹਾਨੂੰ ਕੈਸੀਆਂ ਲੱਗੀਆਂ ਭਾਈ? ਮੈਂ ਕਹਿੰਦਾ ਬਹੁਤ ਚੰਗੀਆਂ ਲੱਗੀਆਂ। ਹੁਣ ਤੂੰ ਇੰਜ ਕਰ ਲਾ ਕੇ 3 ਦਰਜਨਾਂ ਕਰਦੇ ਆ ਕਰੀਮੀ, ਇੱਕ ਜੱਗ ਹੁੰਦਾ ਇੱਕ ਦਰਜਨ ਨਾ ਜੀ। ਹਾਂਜੀ ਚਲੋ ਤੁਸੀਂ ਲੈ ਕੇ ਆਓ, ਜਿੰਨੇ ਦਰਜਨਾਂ ਹਨ ਨਾ, 9 ਦਰਜਨਾਂ ਮੰਗੀਆਂ। ਹਾਂਜੀ ਤੁਸੀਂ ਲੈ ਕੇ ਆਓ 9 ਜੱਗ ਤੇ ਇੱਕ ਐਕਸਟਰਾ ਜੱਗ ਦੇ ਦੇ, 10 ਜੱਗ ਹੋ ਗਏ ਜਾਂ ਲੈ ਗਿਆ। 10 ਜੱਗ ਕੱਪੜੇ ਧੋਣੇ ਭਾਜੀ, ਕੀ ਹੋ ਗਿਆ, ਇੰਨਾ ਖੱਟਾ ਨਹੀਂ ਹੁੰਦਾ ਭਾਈ ਨੇ, 1 ਜੱਗ ਦੇਈਦਾ 1 ਦਰਜਨ ਨਾ। ਗੱਡੀ ਖੋਲੋ ਭਾਜੀ। ਭਾਜੀ ਮੈਂ ਪੁੱਛਣਾ ਸੀ ਕਿ ਉਹ ਇਕੱਠੇ ਪੈਕ ਕਰਨੇ ਕਿ ਲੈ ਦਾ। ਲੱਗਦਾ ਜੇ ਤੁਸੀਂ